ਦੱਸੇ ਸਬੱਬ ਤੇ ਅਸੀਂ ਆਖਣ ਜੋਗੇ ਹੋ ਗਏ ਅਸੀਂ ਵੀ ਤੱਕਿਆ ਰੱਬ ਅਸੀਂ ਆਖਣ ਜੋਗੇ ਹੋ ਗਏ ਅਸੀਂ ਵੀ ਤੱਕਿਆ ਰੱਬ ਜਿਹੜੇ ਲੋਕ ਇਹ ਮਹਿਸੂਸ ਕਰ ਲੈਂਦੇ ਨੇ ਜਿਹਨਾਂ ਲੋਕਾਂ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਵੀ ਜਿਹੜਾ ਪਰਮਾਤਮਾ ਹੈ ਪਰਮੇਸ਼ਰ ਹੈ ਭਗਵਾਨ ਹੈ ਉਹ ਬੰਦਿਆਂ ਦੇ ਵਿੱਚ ਹੀ ਹੈ ਤੇ ਉਹ ਫਿਰ ਆਪਣੀ ਜ਼ਿੰਦਗੀ ਨੂੰ ਬੜਾ ਸੁਹਾਵਣਾ ਬੜਾ ਖੂਬਸੂਰਤ ਬੜਾ ਦੂਰ ਅੰਦੇਸ਼ੀ ਵਾਲਾ ਬਣਾ ਲੈਂਦੇ ਹੈ ਜਿਹਨਾਂ ਦੇ ਵਿੱਚੋਂ ਬਲਦੇਵ ਸਿੰਘ ਪਾਠ ਹੋਰਾਂ ਦਾ ਨਾਮ ਲਿਆ ਜਾ ਸਕਦਾ ਹੈ ਹੁਣ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਗਏ ਹਾਂ ਤਕਰੀਬਨ ਮੈਨੂੰ ਵੀ 32-33 ਸਾਲ ਹੋ ਗਿਆ ਉੱਥੇ ਰਹਿੰਦਿਆਂ ਨੂੰ ਕੈਨੇਡਾ ਦੀ ਧਰਤੀ ਤੇ ਕਮਾਈ ਕਰਨ ਦੀ ਮਨਸ਼ਾ ਦੇ ਨਾਲ ਅਸੀਂ ਉੱਥੇ ਗਏ ਕਮਾਈਆਂ ਕੀਤੀਆਂ ਘਰ ਬਾਰ ਬਣਾ ਲਏ ਗੱਡੀਆਂ ਲੈ ਲਈਆਂ ਬੱਚੇ ਪੜ੍ਹ ਲਿਖ ਗਏ ਅਸੀਂ ਆਪਣੇ ਆਪ ਨੂੰ ਸੈਟਲ ਕਰ ਲਿਆ ਉਹਨਾਂ ਮੁਲਕਾਂ ਦੇ ਵਿੱਚ ਪਰ ਉਸ ਤੋਂ ਬਾਅਦ ਦਸਵੰਧ ਕੱਢਣਾ ਇਹ ਸਾਰਿਆਂ ਦੇ ਹਿੱਸੇ ਨਹੀਂ ਆਉਂਦਾ ਕਮਾਈ ਅਸੀਂ ਸਾਰੇ ਹੀ ਕਰਦੇ ਹਾਂ ਪਰ ਦਸਵੰਧ ਕੱਢਣਾ ਅਤੇ ਖਾਸ ਤੌਰ ਤੇ ਉਸ ਧਰਤੀ ਨੂੰ ਯਾਦ ਰੱਖਣਾ ਜਿੱਥੇ ਤੁਸੀਂ ਜਨਮ ਲਿਆ ਹੁੰਦਾ ਹੈ ਜਿੱਥੇ ਤੁਸੀਂ ਜਿਹੜੇ ਸਕੂਲਾਂ ਦੇ ਵਿੱਚ ਪੜ੍ਹੇ ਹੁੰਦੇ ਹੋ ਜਿਹੜੀਆਂ ਗਰਾਊਂਡਸ ਦੇ ਵਿੱਚ ਤੁਸੀਂ ਖੇਡੇ ਹੁੰਦੇ ਹੋ ਜਿਨ੍ਹਾਂ ਬਜ਼ੁਰਗਾਂ ਦੀ ਉਂਗਲ ਫੜ ਕੇ ਤੁਸੀਂ ਚੱਲਣਾ ਸਿੱਖਿਆ ਹੁੰਦਾ ਹੈ ਉਹਨਾਂ ਨੂੰ ਯਾਦ ਰੱਖਣਾ ਮੇਰਾ ਖਿਆਲ ਹੈ ਕਿ ਇੱਕ ਵੱਡਪਣ ਹੁੰਦਾ ਹੈ ਇੱਕ ਵੱਡੀ ਪਰਸਨੈਲਿਟੀ ਇੱਕ ਵਧੀਆ ਪਰਸਨੈਲਿਟੀ ਦੀ ਇਹ ਨਿਸ਼ਾਨੀ ਹੁੰਦੀ ਹੈ